ਧੰਨਵਾਦ ਬਾਈ ਜੀ, ਤੁਸੀਂ ਫਰਮਾਇਸ਼ਾਂ ਕੀਤੀਆਂ ਨੇ, ਤੁਹਾਡੀਆਂ ਕਿਹੀਆਂ ਫਰਮਾਇਸ਼ਾਂ ਸਿਰ ਮੱਤੇ। ਮੇਰਾ ਜੀ ਕਰਦਾ ਵੀ ਅੱਜ ਬਿਲਕੁਲ ਨਵੇਂ ਗੀਤ ਆਪਾਂ ਗਾਈਏ। ਸੋ ਗੀਤ ਦੀ ਫਰਮਾਇਸ਼ ਆਈ ਹੈ, ਜੀਜਾ ਬਹਿ ਜੀ ਨਾ ਬਠੰਡੇ ਵਾਲਾ ਜੱਟ ਬਣ ਕੇ। ਕੋਈ ਨਾ ਬਾਈ ਜੀ, ਇਹ ਬਾਅਦ ਵਿੱਚ ਜ਼ਰੂਰ ਪੂਰੀਆਂ ਕਰਾਂਗੇ ਤੁਹਾਡੀਆਂ। ਅਤੇ ਸੋ ਲਓ ਬਿਲਕੁਲ ਨਵਾਂ ਗੀਤ, ਗੀਤ ਨਹੀਂ ਹੈ, ਇੱਕ ਉਹ ਸੱਚਾਈ ਹੈ ਸਾਡੇ ਸਮਾਜ ਦੀ ਜਿਹਨੂੰ ਲੋਕ ਤੱਥ ਕਹਿੰਦੇ ਆ, ਸਿਆਣੇ ਦੀਆਂ ਕਹੀਆਂ ਹੋਈਆਂ ਗੱਲਾਂ। ਜਿਵੇਂ ਕਿਸੇ ਸ਼ਾਇਰ ਨੇ ਲਿਖਿਆ, ਕਹਿੰਦਾ ਹੱਥ ਤਾਰਿਆਂ ਨੂੰ ਪਾਇਆ ਨਹੀਂ ਉਹ ਜਾਣਾ, ਨਹੀਂ ਚੜ੍ਹ ਕੇ ਚੁਬਾਰਿਆਂ 'ਤੇ, ਡੂੰਘੇ ਪਾਣੀਆਂ ਦਾ ਪਤਾ ਨਹੀਂ ਉਹ ਲੱਗਦਾ, ਨਹੀਂ ਖੜ ਕੇ ਕਿਨਾਰਿਆਂ। ਉਹ ਗੀਤ ਇੱਕ ਬੇਨਤੀ ਜ਼ਰੂਰ ਆ, ਗੀਤ ਗਾਉਣ ਤੋਂ ਪਹਿਲਾਂ ਮੈਂ ਕਰਨ ਲੱਗਿਆ ਵੀ ਬਾਈ ਜੀ, ਜੇਕਰ ਗੱਲ ਕਿਸੇ 'ਤੇ ਲੱਗਦੀ ਹੋਵੇ ਤਾਂ ਗੁੱਸਾ ਨਹੀਂ ਕਰਨਾ, ਕਿਉਂਕਿ ਅਮਲ ਜ਼ਰੂਰ ਕਰਨਾ। ਸੁਣਾ ਕੀ ਲਫ਼ਜ਼ ਸੁਣਨ ਵਾਲਾ ਏ, ਕਰੇ